ਪਹਾੜ ਦਾ ਇੱਕ ਵੱਡਾ ਹਿੱਸਾ ਡਿੱਗਿਆ, ਸੜਕ ਤੇ ਡਿੱਗਿਆ ਪਹਾੜ ਦਾ ਮਲਬਾ। ਜੋਸ਼ੀਮਠ ਬਦਰੀਨਾਥ ਨੈਸ਼ਨਲ ਹਾਈਵੇ ਬੰਦ ਹੋ ਚੁੱਕਿਆ। ਦੱਸਦੇ ਕਿ ਪਹਾੜ ਡਿੱਗਿਆ, ਹਾਈਵੇ ਜਾਮ ਹੋ ਚੁੱਕਿਆ। ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਜਿੱਥੇ ਕਿ ਪਹਾੜ ਦਾ ਇੱਕ ਹਿੱਸਾ ਹੇਠਾਂ ਡਿੱਗਿਆ, ਇਹ ਲੈਂਡਸਲਾਈਡ ਹੋਇਆ, ਵੱਡਾ ਲੈਂਡਸਲਾਈਡ, ਪਹਾੜ ਡਿੱਗਿਆ ਤੇ ਹਾਈਵੇ ਜਾਮ ਹੋ ਚੁੱਕਿਆ। ਸੜਕਾਂ ਬੰਦ ਕਰ ਦਿੱਤਾ ਗਿਆ ਇਸ ਰਸਤੇ ਨੂੰ। ਸੜਕ ਤੇ ਡਿੱਗਿਆ ਪਹਾੜ ਦਾ ਮਲਬਾ, ਜਿਸਦੇ ਕਰਕੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ। ਪਹਾੜ ਦਾ ਇੱਕ ਵੱਡਾ ਹਿੱਸਾ ਡਿੱਗਿਆ, ਜਿੱਥੇ ਕਿ ਸਾਰਾ ਮਲਬਾ ਸੜਕ ਦੇ ਉੱਤੇ ਆ ਗਿਆ ਤੇ ਆਵਾਜਾਈ ਵੀ ਬੰਦ ਹੋ ਚੁੱਕੀ ਹੈ, ਤੇ ਸੜਕ ਨੂੰ ਬੰਦ ਕਰ ਦਿੱਤਾ ਗਿਆ। ਜੋਸ਼ੀਮਠ ਬਦਰੀਨਾਥ ਨੈਸ਼ਨਲ ਹਾਈਵੇ ਹੈ ਜਿਹੜਾ ਕਿ ਉਹ ਬੰਦ ਹੋ ਚੁੱਕਿਆ। ਪਹਾੜ ਦਾ ਇਹ ਵੱਡਾ ਹਿੱਸਾ ਡਿੱਗਿਆ, ਜਿਸਦੇ ਕਰਕੇ ਹਾਈਵੇ ਜਾਮ ਹੋ ਗਿਆ ਤੇ ਉਸ ਤੋਂ ਬਾਅਦ ਇਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ, ਕਿਉਂਕਿ ਪਹਾੜ ਡਿੱਗਣ ਦੇ ਨਾਲ ਬਹੁਤ ਸਾਰਾ ਮਲਬਾ ਜਿਹੜਾ ਕਿ ਸੜਕ ਤੇ ਇਕੱਠਾ ਹੋ ਗਿਆ, ਜਿਸਦੇ ਕਰਕੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਅਤੇ ਇਸ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਹੈ।